ਮੈਨੂੰ ਲੱਗਦਾ ਟੀਚਰ ਸਭ ਤੋਂ ਜ਼ਿਆਦਾ ਸਨਮਾਨਜਨਕ ਰੁਤਬਾ ਹੈ, ਜਿੱਦਾਂ ਸਭ ਤੋਂ ਜ਼ਰੂਰੀ ਪ੍ਰੋਫੈਸ਼ਨ ਦੁਨੀਆ 'ਚ ਹੈਗਾ ਡਾਕਟਰ, ਜੇ ਡਾਕਟਰ ਨਹੀਂ ਹੈ ਤਾਂ ਸਾਡੀ ਜਾਨ ਨਹੀਂ ਬਚਦੀ, ਪਰ ਸਭ ਤੋਂ ਸਨਮਾਨਜਨਕ ਕਿੱਤਾ ਜਿਹੜਾ ਉਹ ਟੀਚਰ ਹੈ, ਕਿਉਂਕਿ ਡਾਕਟਰ ਨੂੰ ਵੀ ਕਿਸੇ ਟੀਚਰ ਨੇ ਹੀ ਡਾਕਟਰ ਬਣਾਇਆ। ਪਰ ਜਿਹਨੇ ਤੁਹਾਨੂੰ ਚੰਡਿਆ ਅਸਲ ਦੇ ਵਿੱਚ, ਜਿਹਨੇ ਤੁਹਾਨੂੰ ਘੜਿਆ, ਜਿਹਨੇ ਤੁਹਾਡਾ ਘਾੜਾ ਬਣਿਆ, ਉਹ ਤੁਹਾਨੂੰ ਜ਼ਿਆਦਾ ਯਾਦ ਰਹਿੰਦਾ। ਸੋ ਮੇਰੀ ਟੀਚਰ ਮੈਡਮ ਪ੍ਰੀਤਮ ਕੌਰ ਜੀ, ਜਿਹਨਾਂ ਦਾ ਮੈਂ ਨਾਮ ਲਿਆ, ਮੇਰੇ ਪਹਿਲੀ ਕਲਾਸ ਦੇ ਟੀਚਰ ਜਿਹੜੇ ਸਰਦਾਰ ਕਰਤਾਰ ਸਿੰਘ ਜੀ, ਉਹ ਮੈਨੂੰ ਯਾਦ ਨੇ, ਕਿਉਂਕਿ ਉਹਨਾਂ ਨੇ ਮੈਨੂੰ ਇੱਕ ਚੀਜ਼ ਸਿਖਾਈ ਸੀ ਜਿਹੜੀ ਮੈਂ ਓਨੈਸਟਲੀ ਕਹਿੰਦਾ ਅੱਜ ਤੱਕ ਵੀ ਮੈਂ ਆਪਣੇ ਮਨ 'ਚ ਕਾਊਂਟਿੰਗ ਉੱਦਾਂ ਕਰਦਾ। ਲੋਕਾਂ ਨੂੰ ਮੇਰੇ ਤੋਂ ਆਸ ਹੀ ਖਤਮ ਹੋ ਗਈ ਜਾਂ ਸਿਨੇਮੇ ਤੋਂ ਆਸ ਖਤਮ ਹੋ ਗਈ, ਫਿਰ ਉਹ ਸਿਨੇਮਾ ਬਣਾਉਣ ਦਾ ਸਾਨੂੰ ਫਾਇਦਾ ਕੋਈ ਨਹੀਂ ਹੈ। ਸੋ ਮੈਂ ਗਰੰਟੀ ਕਰਦਾ ਕਿ ਹਰ ਬੰਦਾ ਆਪਣੇ ਆਪਣੇ ਫਰਜ਼ 'ਤੇ ਪੂਰਾ ਉਤਰੇ, ਸਿਨੇਮਾ ਵੀ ਆਪਣੇ ਫਰਜ਼ 'ਤੇ ਪੂਰਾ ਉਤਰੇਗਾ ਔਰ ਸਮਾਜ ਦੇ ਵਿਕਾਸ 'ਚ ਆਪਣਾ ਪੂਰਾ ਯੋਗਦਾਨ ਪਾਏਗਾ। ਉਮੀਦ ਹੈਗੀ ਹੈ ਕਿਉਂਕਿ ਇਸ ਥੋੜ੍ਹੇ ਜਿਹੇ ਸਾਦੇ ਲੋਕ ਅੱਗੇ ਆਏ ਨੇ, ਨੋਨ ਪੋਲੀਟੀਕਲ ਲੋਕ ਅੱਗੇ ਆਏ ਨੇ, ਜਿਨ੍ਹਾਂ ਦੇ ਵਿੱਚ ਕੁਛ ਲੋਕ ਸਪੋਰਟਸ ਨਾਲ ਜੁੜੇ ਹੋਏ ਵੀ ਨੇ, ਕੁਛ ਲੋਕ ਹੋਰ ਕਿੱਤਿਆਂ ਨਾਲ ਜੁੜੇ ਹੋਏ ਵੀ ਅੱਗੇ ਆਏ ਨੇ। ਸੋ ਮੈਨੂੰ ਪਤਾ ਨਹੀਂ ਕਿਉਂ ਆਸ ਜੀ ਲੱਗ ਰਹੀ ਹੈ ਕਿ ਚੀਜ਼ ਸਾਦਗੀ ਵੱਲ ਨੂੰ ਤੁਰ ਰਹੀ ਹੈ ਤਾਂ ਸ਼ਾਇਦ ਚੀਜ਼ਾਂ ਬਿਹਤਰ ਹੋਣਗੀਆਂ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਅਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਅੱਜ ਫੈਬ ਵੱਲੋਂ ਬੈਸਟ ਟੀਚਰ ਅਵਾਰਡ ਦਿੱਤੇ ਗਏ ਨੇ, ਜਿੱਥੇ ਵਿਸ਼ੇਸ਼ ਤੌਰ 'ਤੇ ਗੁਰਪ੍ਰੀਤ ਸਿੰਘ ਘੁੱਗੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਜੀ ਪਹੁੰਚੇ ਸੀਗੇ। ਸਭ ਤੋਂ ਪਹਿਲਾਂ ਤਾਂ ਇੱਕ ਹੀ ਸਮਝਦੇ ਹੋ ਕਿ ਜੇ ਸਾਡੇ ਨੇਸ਼ਨ ਨੂੰ ਬਿਲਡ ਕਰਨ ਦੇ ਵਿੱਚ ਟੀਚਰਸ ਦਾ ਹੱਕ ਹੁੰਦਾ, ਸਭ ਤੋਂ ਵੱਡਾ ਰੋਲ ਹੁੰਦਾ, ਅੱਜ ਉਹਨਾਂ ਨੂੰ ਸਨਮਾਨ ਦਿੱਤਾ ਗਿਆ? ਇਹ ਤਾਂ ਸਭ ਤੋਂ ਵੱਡੀ ਐਗਜ਼ਾਮਪਲ ਹੈ। ਤੁਸੀਂ ਵੀ ਜੇ ਅੱਜ ਜਰਨਲਿਸਟ ਬਣੇ ਹੋ, ਰੋਜ਼ਾਨਾ ਸਪੋਕਸਮੈਨ ਨੂੰ ਰਿਪ੍ਰੈਜੈਂਟ ਕਰ ਰਹੇ ਹੋ, ਅਤੇ ਤੁਹਾਨੂੰ ਵੀ, ਤੁਹਾਡੀ ਆਤਮਾ ਨੂੰ ਵੀ ਲੱਗਦਾ ਨਾ ਕਿਸੇ ਇੱਕ ਟੀਚਰ ਦਾ ਤੁਹਾਡੀ ਜ਼ਿੰਦਗੀ 'ਚ ਵੱਡਾ ਰੋਲ ਹੈਗਾ। ਜੇ ਮੈਂ ਇੱਥੇ ਖੜਾ ਵਾਂ ਤਾਂ ਮੇਰੀ ਜ਼ਿੰਦਗੀ 'ਚ ਵੀ ਮੇਰੇ ਟੀਚਰ ਦਾ ਬਹੁਤ ਵੱਡਾ ਰੋਲ ਹੈ। ਔਰ ਟੀਚਰ ਸਿਰਫ ਸਕੂਲ 'ਚ ਹੀ ਨਹੀਂ ਹੁੰਦੇ, ਤੁਹਾਨੂੰ ਜ਼ਿੰਦਗੀ 'ਚ ਵੀ ਟੀਚਰ ਮਿਲਦੇ ਨੇ। ਪਰ ਜੇ ਆਪਾਂ ਐਕੇਡੈਮਿਕਸ ਦੀ ਗੱਲ ਕਰੀਏ ਤਾਂ ਵਾਕਈ ਇੱਕ ਟੀਚਰ ਤੁਹਾਨੂੰ ਜ਼ਿੰਦਗੀ 'ਚ ਇੱਕ ਅੱਛਾ ਮਿਲ ਜਾਏ ਨਾ, ਉਹ ਤੁਹਾਡੀ ਜ਼ਿੰਦਗੀ ਬਦਲ ਦਿੰਦਾ। ਸੋ ਇੱਕ ਟੀਚਰ ਕੋਲ ਫਿਰ ਕਿੰਨਾ ਸਕੋਪ ਹੁੰਦਾ ਕਿ ਉਹਦੇ ਕੋਲ ਤਾਂ ਸੈਂਕੜੇ ਸਟੂਡੈਂਟਸ, ਜ਼ਿੰਦਗੀ 'ਚ ਹਜ਼ਾਰਾਂ ਸਟੂਡੈਂਟਸ ਆਉਂਦੇ ਨੇ, ਉਹ ਚਾਹੇ ਤਾਂ ਕਿੰਨਿਆਂ ਦੀ ਜ਼ਿੰਦਗੀ ਬਦਲ ਸਕਦਾ। ਸੋ ਮੈਨੂੰ ਲੱਗਦਾ ਟੀਚਰ ਸਭ ਤੋਂ ਜ਼ਿਆਦਾ ਸਨਮਾਨਜਨਕ ਰੁਤਬਾ ਹੈ, ਜਿੱਦਾਂ ਸਭ ਤੋਂ ਜ਼ਰੂਰੀ ਪ੍ਰੋਫੈਸ਼ਨ ਦੁਨੀਆ 'ਚ ਹੈਗਾ ਡਾਕਟਰ, ਜੇ ਡਾਕਟਰ ਨਹੀਂ ਹੈ ਤਾਂ ਸਾਡੀ ਜਾਨ ਨਹੀਂ ਬਚਦੀ, ਪਰ ਸਭ ਤੋਂ ਸਨਮਾਨਜਨਕ ਕਿੱਤਾ ਜਿਹੜਾ ਉਹ ਟੀਚਰ ਹੈ, ਕਿਉਂਕਿ ਡਾਕਟਰ ਨੂੰ ਵੀ ਕਿਸੇ ਟੀਚਰ ਨੇ ਡਾਕਟਰ ਬਣਾਇਆ। ਬਿਲਕੁਲ। ਇਸ ਤੋਂ ਇਲਾਵਾ ਜਦੋਂ ਤੁਸੀਂ ਅੱਜ ਸਪੀਚ ਦੇ ਰਹੇ ਸੀ ਜਾਂ ਮੁੱਖ ਮੰਤਰੀ ਸਾਹਿਬ ਸਪੀਚ ਦੇ ਰਹੇ ਸੀ, ਦੋਨਾਂ ਨੇ ਆਪਣੇ ਜਿਹੜੇ ਛੋਟੇ ਹੁੰਦੇ ਦੇ ਬਚਪਨ ਦੇ ਜਿਹੜੇ ਸਕੂਲ ਦੇ ਵਿੱਚ ਪੜ੍ਹਾਉਂਦੇ ਟੀਚਰਾਂ ਨੂੰ ਯਾਦ ਕੀਤਾ? ਬਿਲਕੁਲ ਜੀ, ਦੇਖੋ ਟੀਚਰ ਦੋ ਤਰ੍ਹਾਂ ਦੇ ਯਾਦ ਰਹਿੰਦੇ ਨੇ, ਜਾਂ ਤਾਂ ਜਿਨ੍ਹਾਂ ਨੇ ਬਹੁਤ ਪਿਆਰ ਨਾਲ ਪੜ੍ਹਾਇਆ ਹੋਵੇ, ਜਿਨ੍ਹਾਂ ਨੇ ਤੁਹਾਡੇ ਦਿਮਾਗ 'ਚ ਘੋਟ ਘੋਟ ਕੇ ਗੱਲਾਂ ਪਾਈਆਂ ਹੋਣ, ਅਤੇ ਜਾਂ ਫਿਰ ਜਿਹਨੇ ਤੁਹਾਨੂੰ ਡੰਡੇ ਮਾਰੇ ਹੋਣ, ਹੈ ਨਾ, ਯਾਦ ਤਾਂ ਵੀ ਰਹਿੰਦੇ ਨੇ ਪਰ ਉਹ ਇੱਦਾਂ ਯਾਰ ਫਲਾਣੇ ਮਾਸਟਰ ਨੇ ਛਿੱਲਿਆ ਬੜਾ ਸੀ, ਉਹ ਸਿਰਫ ਇਸ ਕਰਕੇ ਯਾਦ ਰਹਿੰਦੇ ਨੇ। ਪਰ ਜਿਹਨੇ ਤੁਹਾਨੂੰ ਚੰਡਿਆ ਅਸਲ ਦੇ ਵਿੱਚ, ਜਿਹਨੇ ਤੁਹਾਨੂੰ ਘੜਿਆ, ਜਿਹਨੇ ਤੁਹਾਡਾ ਘਾੜਾ ਬਣਿਆ, ਉਹ ਤੁਹਾਨੂੰ ਜ਼ਿਆਦਾ ਯਾਦ ਰਹਿੰਦਾ। ਸੋ ਮੇਰੀ ਟੀਚਰ ਮੈਡਮ ਪ੍ਰੀਤਮ ਕੌਰ ਜੀ, ਜਿਹਨਾਂ ਦਾ ਮੈਂ ਨਾਮ ਲਿਆ, ਮੇਰੇ ਪਹਿਲੀ ਕਲਾਸ ਦੇ ਟੀਚਰ ਜਿਹੜੇ ਸਰਦਾਰ ਕਰਤਾਰ ਸਿੰਘ ਜੀ, ਉਹ ਮੈਨੂੰ ਯਾਦ ਨੇ, ਕਿਉਂਕਿ ਉਹਨਾਂ ਨੇ ਮੈਨੂੰ ਇੱਕ ਚੀਜ਼ ਸਿਖਾਈ ਸੀ ਜਿਹੜੀ ਮੈਂ ਓਨੈਸਟਲੀ ਕਹਿੰਦਾ ਅੱਜ ਤੱਕ ਵੀ ਮੈਂ ਆਪਣੇ ਮਨ 'ਚ ਕਾਊਂਟਿੰਗ ਉੱਦਾਂ ਕਰਦਾ। ਮੈਂ ਸਿੰਗਲ ਡਿਜਿਟ ਨਾ, ਇੱਦਾਂ ਜਦੋਂ ਹਜ਼ਾਰ ਜਾਂ ਲੱਖ ਗਿਣਨਾ ਹੁੰਦਾ ਨਾ, ਮੈਂ ਕਹਿੰਦਾ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਹੈ ਨਾ, ਇੱਦਾਂ ਹੀ ਮੈਂ ਗਿਣਦਾ, ਕਿਉਂਕਿ ਮੈਨੂੰ ਪਹਿਲੀ 'ਚ ਆਦਤ ਪੈ ਗਈ ਸੀ ਉਹਨਾਂ ਤੋਂ, ਅੱਜ ਵੀ ਮੇਰੇ ਮਨ 'ਚ ਉਹੀ, ਮੈਨੂੰ ਉੱਦਾਂ ਹੀ ਯਾਦ ਰਹਿੰਦਾ। ਮੈਡਮ ਪ੍ਰੀਤਮ ਕੌਰ ਨੇ ਪੰਜਾਬੀ ਬੜੇ ਅੱਛੇ ਤਰੀਕੇ ਨਾਲ ਮੈਨੂੰ ਪੜ੍ਹਾਈ ਸਿਖਾਈ, ਇੱਦਾਂ ਹੀ ਮੇਰੇ ਟੀਚਰ ਗੁਰਦਿਆਲ ਸਿੰਘ ਸੀਗੇ, ਜਿਨ੍ਹਾਂ ਨੇ ਐਕਸਟਰਾ ਕਰੀਕੁਲਰ ਐਕਟੀਵਿਟੀਜ਼, ਡਰਾਇੰਗ ਟੀਚਰ ਹੁੰਦੇ ਸੀ ਸਾਡੇ, ਉਹਨਾਂ ਨੇ ਮੇਰੀਆਂ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਨੂੰ ਪ੍ਰਮੋਟ ਕੀਤਾ, ਮੈਨੂੰ ਅੱਗੇ ਲਿਆਉਂਦਾ। ਤੁਹਾਡੇ ਨਾਲ ਜਦੋਂ ਵੀ ਸੰਵਾਦ ਰਚਾਉਂਦੇ ਆ ਤਾਂ ਤੁਸੀਂ ਬੜੀਆਂ ਸੂਝਵਾਨ ਗੱਲਾਂ ਕਰਦੇ ਹੋ, ਹਰ ਇੱਕ ਚੀਜ਼ ਨੂੰ ਤੁਸੀਂ ਬੜੀ ਤਰੀਕੇ ਦੇ ਨਾਲ ਅੱਗੇ ਰੱਖਦੇ ਹੋ। ਜੇ ਅੱਜ ਗੱਲ ਕਰੀਏ ਚੰਨੀ ਸਾਹਿਬ ਹੋਰਾਂ ਨੇ ਆਸ਼ਾਵਾਦੀ ਗੱਲਾਂ ਕੀਤੀਆਂ ਨੇ, ਟੀਚਰਸ ਦੇ ਸਨਮਾਨ ਦੀਆਂ ਗੱਲਾਂ ਕੀਤੀਆਂ ਨੇ, ਪਰ ਦੂਸਰੇ ਪਾਸੇ ਦੇਖੀਏ ਪਿਛਲੇ ਦਿਨੀ ਜਦੋਂ ਟੀਚਰਸ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਗਾਉਂਦੇ ਨੇ ਤਾਂ ਉਹਨਾਂ ਦੇ ਨਾਲ ਜੋ ਤਸ਼ੱਦਦ ਹੁੰਦੀ ਆ ਉਸ ਨੂੰ ਕੀ ਕਹੋਗੇ? ਦੇਖੋ, ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਿਆ ਜੇ ਮੈਨੂੰ ਲੱਗਦਾ 10 ਕੁ ਦਿਨ ਹੋ ਜਾਣਾ, ਜੋ ਵੀ ਹੁਣ ਤੱਕ ਸਰ, ਮੈਂ ਦੱਸਦਾ ਕਿ ਇੱਕ ਸੀਐਮ ਜਿਹੜਾ ਨਾ, ਉਹ ਸੀਐਮ ਬਣਦਿਆਂ ਕਿਸੇ ਵੀ ਚੀਜ਼ ਨੂੰ, ਇਹਦੇ ਹਰ ਚੀਜ਼ ਦਾ ਇੱਕ ਕੋਰਸ ਹੁੰਦਾ, ਹੈ ਨਾ, ਉਸ ਚੀਜ਼ ਨੂੰ ਉਹਨਾਂ ਨੇ ਅੱਜ ਚਾਰਜ ਲਿਆ, ਉਹਨਾਂ ਨੇ ਦੇਖਣਾ, ਉਹਨਾਂ ਨੇ ਆਪਣੇ ਨਵੀਂ ਕੈਬਨਿਟ ਉਹਨਾਂ ਦੀ ਹੁਣ ਬਣੀ ਹੈ, ਉਹਨਾਂ ਨੇ ਆਪਣੇ ਮੰਤਰੀ ਜਿਹੜੇ ਐਜੂਕੇਸ਼ਨ ਮਿਨਿਸਟਰ ਬਣੇ ਸਰਦਾਰ ਪ੍ਰਗਟ ਸਿੰਘ, ਉਹਨਾਂ ਨੂੰ ਵੀ ਹਦਾਇਤਾਂ ਕਰਨੀਆਂ ਨੇ ਕਿ ਆਪਾਂ ਇੱਦਾਂ ਕਰੀਏ ਕੁਛ। ਪਰ ਜੇ ਉਹਨਾਂ ਦਾ ਟੈਨਿਊਰ ਲੰਘ ਜਾਂਦਾ, ਜਿੰਨਾ ਕੁ ਉਹਨਾਂ ਨੂੰ ਮਾਲਕ ਨੇ ਮੌਕਾ ਦਿੱਤਾ, ਜੇ ਉਹਨਾਂ ਦੀ ਕਾਰਗੁਜ਼ਾਰੀ ਜ਼ੀਰੋ ਰਹਿੰਦੀ ਹੈ, ਫਿਰ ਫੇਲੀਅਰ ਹੈ ਬਹੁਤ ਵੱਡਾ। ਪਰ ਜੇ ਇਹ, ਤੁਹਾਨੂੰ ਪਤਾ ਕਿ ਕੁਛ ਪੋਲੀਟੀਕਲ ਮੋਟੀਵੇਟਡ ਚੀਜ਼ਾਂ ਵੀ ਧਰਤੀ 'ਤੇ ਹੁੰਦੀਆਂ ਨੇ, ਪਰ ਟੀਚਰਸ ਨੂੰ ਮੈਂ ਕਹਾਂਗਾ ਜਿਹੜੇ ਧਰਨਾ ਕਰਨੇ ਲਗਾ, ਉਹਨਾਂ ਦਾ ਮੈਂ ਬਹੁਤ ਵੱਡਾ ਹਮਾਇਤੀ ਹਾਂ, ਉਹਨਾਂ ਦਾ ਮੈਂ ਦੁੱਖਦਰ ਸਮਝ ਸਕਦਾ ਕਿ ਮਾਂ ਪਿਓ ਨੇ ਟੈਟ ਪਾਸ ਕੀਤੀ, ਜਿਹੜੇ ਲੋਕਾਂ ਨੂੰ ਮਖੌਲ ਲੱਗਦਾ ਟੈਟ ਕਿਵੇਂ ਪਾਸ ਹੁੰਦੀ ਹੈ, ਉਹਨਾਂ ਨੂੰ ਪਤਾ ਜਿਨ੍ਹਾਂ ਨੇ ਕੀਤੀ ਹੈ। ਔਰ ਜੇ ਪੀ ਐੱਚ ਡੀ ਕੀਤੇ ਟੀਚਰ ਵਿਚਾਰੇ ਪ੍ਰਾਇਮਰੀ ਸਕੂਲਾਂ 'ਚ ਪੜ੍ਹਾਉਣ ਨੂੰ ਤਰਸਦੇ ਪਏ ਵੀ ਸਾਨੂੰ ਪ੍ਰਾਇਮਰੀ ਪੜ੍ਹਾ,
ਜੇ ਉਹਨਾਂ ਨੇ ਆਹੀ ਕੰਮ ਕਰਨੇ ਸੀ ਨੌਕਰੀ ਲਈ ਤਰਲੇ ਮਾਰਨੇ ਸੀ। ਪਰ ਇਹਦੇ 'ਚ ਮੈਂ ਇਹ ਜ਼ਰੂਰ ਕਹਾਂਗਾ ਕਿ ਹੁਣ ਜੇ ਇੱਕ ਸਮਾਂ ਪਰਿਵਰਤਨ ਹੋਇਆ ਤੇ ਆਪਾਂ ਇਹ ਦੇਖ ਲਈਏ ਵੀ ਉਹਨਾਂ ਨੂੰ ਕਰਨ ਦਾ ਮੌਕਾ ਦਈਏ, ਜੇ ਨਹੀਂ ਕਰਦੇ ਤਾਂ ਸਮਝ ਲਾਂਗੇ। ਉਮੀਦ ਹੈ ਕਿ ਹੋਊਗਾ, ਮੈਨੂੰ ਉਮੀਦ ਹੈਗੀ ਹੈ, ਕਿਉਂਕਿ ਇਸ ਥੋੜ੍ਹੇ ਜਿਹੇ ਸਾਦੇ ਲੋਕ ਅੱਗੇ ਆਏ ਨੇ, ਨੌਨ ਪੋਲੀਟੀਕਲ ਲੋਕ ਅੱਗੇ ਆਏ ਨੇ, ਜਿਨ੍ਹਾਂ ਦੇ ਵਿੱਚ ਕੁਛ ਲੋਕ ਸਪੋਰਟਸ ਨਾਲ ਜੁੜੇ ਹੋਏ ਵੀ ਨੇ, ਕੁਛ ਲੋਕ ਹੋਰ ਕਿੱਤਿਆਂ ਨਾਲ ਜੁੜੇ ਹੋਏ ਵੀ ਅੱਗੇ ਆਏ ਨੇ। ਸੋ ਮੈਨੂੰ ਪਤਾ ਨਹੀਂ ਕਿਉਂ ਆਸ ਜੀ ਲੱਗ ਰਹੀ ਹੈ ਕਿ ਚੀਜ਼ ਸਾਦਗੀ ਵੱਲ ਨੂੰ ਤੁਰ ਰਹੀ ਹੈ ਤੇ ਸ਼ਾਇਦ ਚੀਜ਼ਾਂ ਬਿਹਤਰ ਹੋਣਗੀਆਂ। ਉਹ ਤੋਂ ਸਿਨਮੇ ਦੀ ਵੀ ਗੱਲ ਕਰਕੇ ਗਏ ਨੇ, ਸਿਨਮੇ ਤੋਂ ਵੀ ਬੜੀ ਆਸ ਆ ਉਹਨਾਂ ਨੂੰ, ਤੁਹਾਨੂੰ ਵੀ ਉਹ ਕਹਿ ਕੇ ਗਏ ਨੇ ਕਿ ਬੜਾ ਚੰਗਾ ਕੰਮ ਕਰ ਰਹੇ ਹੋ, ਅੱਗੇ ਵੀ ਜੇ ਕੋਈ ਮੂਵੀਜ਼ ਆਉਂਦੀਆਂ ਨੇ ਕੋਈ ਵੀ ਕੰਮ ਕਰਦੇ ਹੋ ਤਾਂ ਉਹਨੂੰ ਇੱਕ ਸਮਾਜ ਨੂੰ ਜਿਹੜਾ ਚੰਗੀ ਸੇਧ ਦੇਵੇ ਉਹ ਵਾਲਾ ਕੀਤਾ ਜਾਵੇ। ਦੇਖੋ ਜੀ, ਦੁਨੀਆ ਦੇ ਹਰ ਉਸ ਬੰਦੇ ਨੂੰ ਆਪਣਾ ਕੰਮ ਛੱਡ ਦੇਣਾ ਚਾਹੀਦਾ ਜਿਹਦੇ ਤੋਂ ਸਮਾਜ ਨੂੰ ਆਸ ਹੀ ਨਾ ਹੋਵੇ। ਜੇ ਮੈਨੂੰ ਤੁਹਾਡੇ ਤੋਂ ਕੋਈ ਆਸ ਨਾ ਹੋਵੇ ਮੈਂ ਤੁਹਾਨੂੰ ਇੰਟਰਵਿਊ ਨਹੀਂ ਸੀ ਦੇਣੀ, ਵੀ ਇਹਦੇ ਨਲਾਇਕ ਜੇ ਹੈਗੇ ਨੇ, ਆਪਣੀਆਂ ਮਾਰਦੇ ਰਹਿੰਦੇ ਨੇ। ਮੈਂ ਇੰਟਰਵਿਊ ਕਿਉਂ ਦੇ ਰਿਹਾ ਭਾਜੀ ਕਿ ਮੇਰੀ ਗੱਲ ਲੋਕਾਂ ਤੱਕ ਪਹੁੰਚੇਗੀ, ਇਹਦਾ ਮਤਲਬ ਤੁਹਾਡੇ ਤੋਂ ਕੋਈ ਆਸ ਹੈ ਸਾਨੂੰ, ਤਾਂ ਮੈਂ ਗੱਲ ਕਰ ਰਿਹਾ, ਨਹੀਂ ਮੈਂ ਗੱਡੀ 'ਚ ਬਹਿ ਗਿਆ ਸੀ ਇੱਕ ਵਾਰੀ। ਇੱਦਾਂ ਹੀ ਜੇ ਲੋਕਾਂ ਨੂੰ ਮੇਰੇ ਤੋਂ ਆਸ ਹੀ ਖਤਮ ਹੋ ਗਈ ਜਾਂ ਸਿਨੇਮੇ ਤੋਂ ਆਸ ਖਤਮ ਹੋ ਗਈ, ਫਿਰ ਉਹ ਸਿਨੇਮਾ ਬਣਾਉਣ ਦਾ ਸਾਨੂੰ ਫਾਇਦਾ ਕੋਈ ਨਹੀਂ ਹੈ। ਸੋ ਮੈਂ ਗਰੰਟੀ ਕਰਦਾ ਕਿ ਹਰ ਬੰਦਾ ਆਪਣੇ ਆਪਣੇ ਫਰਜ਼ 'ਤੇ ਪੂਰਾ ਉਤਰੇ, ਸਿਨੇਮਾ ਵੀ ਆਪਣੇ ਫਰਜ਼ 'ਤੇ ਪੂਰਾ ਉਤਰੇਗਾ ਔਰ ਸਮਾਜ ਦੇ ਵਿਕਾਸ 'ਚ ਆਪਣਾ ਪੂਰਾ ਯੋਗਦਾਨ ਪਾਏਗਾ। ਬਹੁਤ ਧੰਨਵਾਦ। ਸੋ ਇਹ ਸਨ ਗੁਰਪ੍ਰੀਤ ਸਿੰਘ ਘੁੱਗੀ, ਜਿਨ੍ਹਾਂ ਦਾ ਇਹ ਕਹਿਣਾ ਕਿ ਸਾਫ ਤੌਰ 'ਤੇ ਉਹਨਾਂ ਨੂੰ ਮੁੱਖ ਮੰਤਰੀ ਚੰਨੀ ਹੋਰਾਂ 'ਚੋਂ ਇੱਕ ਨਵੀਂ ਸੋਚ ਹੈ, ਇੱਕ ਜਿਹੜੀ ਉਹ ਸਾਦਗੀ ਝਲਕ ਰਹੀ ਹੈ, ਅਤੇ ਇਹਨਾਂ ਨੂੰ ਉਮੀਦ ਵੀ ਹੈ ਕਿ ਉਹ ਆਪਣੇ ਕਾਰਜਕਾਲ ਦੌਰਾਨ ਟੀਚਰਾਂ ਦੇ ਲਈ ਵੀ ਅਤੇ ਬਾਕੀ ਲੋਕਾਂ ਦੇ ਲਈ ਵੀ ਕੁਝ ਚੰਗਾ ਕਰਨਗੇ। ਅਤੇ ਨਾਲ ਦੀ ਨਾਲ ਇਹਨਾਂ ਦਾ ਇਹ ਕਹਿਣਾ ਕਿ ਆਪਣੇ ਖੇਤੇ ਦੇ ਵਿੱਚ ਵੀ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ ਵੀ ਕੁਝ ਚੰਗਾ ਕਰਨਗੇ, ਲੋਕਾਂ ਨੂੰ ਜਿਹੜਾ ਸੇਧ ਦੇਣਗੇ। ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ, ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਸੁਖਵਿੰਦਰ ਨੇ, ਮੈਂ ਸ਼ਸ਼ਮ ਨਾਗਰਾ, ਧੰਨਵਾਦ।